ਇਰਾਕ ਦੇ ਮਾਸੂਲ 'ਚ ਫਸੇ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੇ ਜਿਵੇਂ ਹੀ ਕੀਤੀ ਵੈਸੇ ਹੀ ਉਹਨਾਂ ਦੇ ਨੌਜਵਾਨਾਂ ਦੇ ਘਰ 'ਚ ਮਾਤਮ ਛਾ ਗਿਆ। ਗੁਰਦਾਸਪੁਰ ਦੇ ਪਿੰਡ ਤਲਵੰਡੀ ਦੇ ਧਰਮਿੰਦਰ ਕੁਮਾਰ ਜੋ ਕਿ 39 ਨੌਜਵਾਨਾਂ 'ਚੋਂ ਇੱਕ ਸੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੇਂਦਰ ਸਰਕਾਰ ਨੇ ਪਿਛਲੇ 4 ਸਾਲਾਂ 'ਚ ਧੋਖੇ 'ਚ ਰੱਖਿਆ ਹੈ ਅਤੇ ਇੱਥੇ ਤੱਕ ਕਿਹਾ ਹੈ ਕਿ ਜਦ DNA ਟੈਸਟ ਵੀ ਕੀਤੇ ਤਾਂ ਇਹ ਆਸ਼ਵਾਸਨ ਦਿੱਤਾ ਗਿਆ ਕਿ ਉਹਨਾਂ ਦੇ ਬੱਚੇ ਜਲਦ ਵਾਪਸ ਆਉਣਗੇ। ਸਾਨੂੰ ਤਾਂ ਪਤਾ ਵੀ ਨਹੀਂ ਇਸ ਗੱਲ ਦਾ ਕਿ ਇੱਦਾਂ ਹੋ ਗਿਆ, ਸਾਨੂੰ ਤਾਂ ਤੁਹਾਡੇ ਕੋਲੋਂ ਹੀ ਪਤਾ ਲੱਗਾ ਕਿ ਇੱਦਾਂ ਡੈਥ ਹੋ ਗਈ ਉਹਨਾਂ ਦੀ। ਹਾਂ, ਸਰਕਾਰ ਨੇ ਬਹੁਤ ਵੱਡਾ ਧੋਖਾ ਕੀਤਾ ਸਾਡੇ ਨਾਲ, ਇੰਨੇ ਚਿਰ ਦਾ ਲਾੜਾ ਲਾਇਆ, ਬਿਲਕੁਲ ਠੀਕ ਠਾਕ ਪਤਾ ਕਰਨ ਦੇ ਕੋਈ ਨਾ ਕੋਈ ਸਬੂਤ ਦੇਣਗੇ, ਅੱਜ ਆਹ ਸਬੂਤ ਦਿੱਤਾ ਸਾਨੂੰ ਤਾਂ ਹਜੇ ਤੱਕ ਕੋਈ ਪਤਾ ਨਹੀਂ, ਨਾ ਹੀ ਖਬਰ ਸੁਣੀ ਸਾਨੂੰ, ਹੁਣ ਤੁਹਾਡੇ ਕੋਲ ਹੀ ਪਤਾ ਲੱਗਾ ਕਿ ਇਸ ਤਰ੍ਹਾਂ ਹੋ ਗਏ। ਸਾਡੇ ਤੇ ਬਿਲਕੁਲ ਦਿਲ ਟੁੱਟ ਗਿਆ, ਅੱਜ ਇੰਨੇ ਚਿਰ ਦੀ ਆਸ ਲਾਈ ਦੀ ਆਈ। 13 ਵਿੱਚ ਗਿਆ ਸੀ ਸਾਡਾ ਬੇਟਾ ਰਾਖ ਵਿੱਚ, ਅਤੇ ਆਇਆ 4 ਸਾਲ ਹੋ ਗਏ ਨੇ ਸਾਨੂੰ ਆਸ ਮੁਰਾਦ ਲਈ ਨੇ, ਅਤੇ ਅੱਜ ਸਰਕਾਰ ਨੇ ਕਹਿ ਦਿੱਤਾ ਹੈ ਨਹੀਂ ਬੱਚੇ, ਅਸੀਂ ਤਾਂ ਉਹਦੀਆਂ ਆਸਾਂ 'ਤੇ ਡੀਕਾਂ 'ਤੇ ਰਹੇ ਦੇ ਹਾਂ, ਅਤੇ ਹੁਣ ਇਸ ਵਕਤ ਸਾਨੂੰ ਆਹ ਜਵਾਬ ਉਹਨੇ ਸਰਕਾਰ ਨੇ ਦੇ ਦਿੱਤਾ ਵੇ। ਲਾਸਟ ਹੋਈ ਹੈ 14 ਨੂੰ ਅਤੇ 13 ਸਾਲ 'ਚ ਗਿਆ ਸੀ ਉਹ। ਗੁਰਦਾਸਪੁਰ ਤੋਂ ਰਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।